ਪੰਜਾਬ ਦੀ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਡਿਗਰੀਆਂ ਤਾਂ ਹਾਸਲ ਕਰ ਲੈਂਦੀ ਹੈ ਪਰ ਰਾਤੋਂ ਰਾਤ ਅਮੀਰ ਬਣਨ ਦੇ ਚੱਕਰ 'ਚ ਸਲਾਖਾਂ ਪਿੱਛੇ ਜਾ ਰਹੀ ਹੈ। ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੀ ਸਬ ਤਹਿਸੀਲ ਭਾਦਸੋਂ 'ਚ, ਜਿੱਥੇ ਦੋ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦਰਅਸਲ ਇਹਨਾਂ ਦੀ ਪਹਿਚਾਣ ਵਿਸ਼ਾਲ ਸ਼ਰਮਾ ਜੋ ਕਿ MA ਪਾਸ ਹੈ ਅਤੇ ਰੋਹਿਤ ਸ਼ੁਕਲਾ ਜੋ ਕਿ BA ਪਾਸ ਹੈ। ਨੌਕਰੀ ਨਾ ਮਿਲਣ 'ਤੇ ਇਹਨਾਂ ਦੋਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਬੀਮੇ ਕਰਨ ਅਤੇ ਲੋਨ ਦੇਣ ਦੀ ਸਾਜ਼ਿਸ਼ ਰਚ ਕੇ ਭੋਲੀਆਂ ਭਾਲੀਆਂ ਔਰਤਾਂ ਕੋਲੋਂ 50,000 ਰੁਪਏ ਦਾ ਬੀਮਾ ਕਰਨ ਦੇ 800 ਰੁਪਏ ਤੋਂ ਜ਼ਿਆਦਾ ਪੈਸੇ ਲੈਂਦੇ ਸੀ ਅਤੇ ਫਿਰ ਉਹਨਾਂ ਨੂੰ ਬੀਮੇ ਦੇ ਦਸਤਾਵੇਜ਼ ਵੀ ਦੇ ਦਿੰਦੇ ਸੀ ਅਤੇ ਨਾਲ ਇਹ ਵੀ ਕਹਿ ਦਿੰਦੇ ਸੀ ਕਿ ਤੁਹਾਡੇ ਖਾਤਿਆਂ ਵਿੱਚ ਕੁਝ ਦਿਨਾਂ ਬਾਅਦ 50,000 ਰੁਪਏ ਆ ਜਾਣਗੇ। ਜੋ ਬੀਮੇ ਦੀ ਕੰਪਨੀ ਲੋਕਾਂ ਨੂੰ ਦਿਖਾਉਂਦੇ ਸੀ ਉਹ ਜਾਲੀ ਹੁੰਦੀ ਸੀ ਅਤੇ ਦੋਹਾਂ ਦੋਸ਼ੀਆਂ ਕੋਲੋਂ ਆਧਾਰ ਕਾਰਡ, ਵੋਟਰ ਕਾਰਡ, ਨਕਲੀ ਲਾਈਟਰ ਵਾਲਾ ਪਿਸਤੌਲ ਅਤੇ ਮੋਟਰਸਾਈਕਲ ਦੀਆਂ ਜਾਲੀ ਨੰਬਰ ਵਾਲੀਆਂ ਨੰਬਰ ਪਲੇਟਾਂ ਵੀ ਬਰਾਮਦ ਹੋਈਆਂ ਨੇ। ਲਾਈਟਰ ਵਾਲੇ ਜਾਲੀ ਪਿਸਤੌਲ ਨਾਲ ਇਹ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਵੀ ਰਹਿੰਦੇ ਸੀ। ਕਥਿਤ ਦੋਸ਼ੀ ਵਿਸ਼ਾਲ ਸ਼ਰਮਾ ਅਤੇ ਰੋਹਿਤ ਸ਼ੁਕਲਾ ਨਾਭਾ ਬਲਾਕ ਦੇ ਅਨੇਕਾਂ ਪਿੰਡਾਂ ਵਿੱਚ ਬੀਮੇ ਕਰਕੇ ਪੈਸੇ ਠੱਗ ਚੁੱਕੇ ਨੇ ਅਤੇ ਪਿੰਡਾਂ ਦੇ ਲੋਕਾਂ ਨੇ ਇਹਨਾਂ ਨੂੰ ਭਾਦਸੋਂ ਵਿਖੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਇਸ ਮੌਕੇ ਠੱਗੀ ਦਾ ਸ਼ਿਕਾਰ ਹੋਈ ਹਰਿੰਦਰ ਕੌਰ ਨੇ ਕਿਹਾ ਉਹਨਾਂ ਤੋਂ ਬੀਮਾ ਕਰਨ ਦਾ ਲਾਲਚ ਦੇ ਕੇ 800 ਰੁਪਏ ਠੱਗ ਕੇ ਲੈ ਗਏ। ਇਸ ਤੋਂ ਇਲਾਵਾ ਹੋਰ ਵੀ ਕਈ ਔਰਤਾਂ ਹਨ ਜਿਨ੍ਹਾਂ ਤੋਂ ਪੈਸੇ ਲੈ ਗਏ ਨੇ। ਇਹ ਉਹਨਾਂ ਨੂੰ ਕਹਿੰਦੇ ਸੀ ਕਿ ਤੁਹਾਡਾ 50,000 ਰੁਪਏ ਦਾ ਲੋਨ ਕੀਤਾ ਜਾਣਾ, ਜਿਨ੍ਹਾਂ ਦੀ ਰਕਮ ਤੁਹਾਡੇ ਖਾਤਿਆਂ ਵਿੱਚ ਆ ਜਾਏਗੀ। ਅਤੇ ਬਾਅਦ ਵਿੱਚ ਇਹਨਾਂ ਨੇ ਆਪਣੇ ਮੋਬਾਈਲ ਵੀ ਬੰਦ ਕਰ ਲਏ ਅਤੇ ਹੁਣ ਇਹਨਾਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਗਿਆ। ਸਾਨੂੰ ਜੀ ਪਹਿਲਾਂ 100-100 ਰੁਪਈਆ ਲੈ ਗਏ, ਬਾਅਦ 'ਚ ਸਾਤੋਂ 800-800 ਰੁਪਈਆ ਲੈ ਗਏ ਜੀ, 900-900। ਸਾਰਿਆਂ ਨੂੰ ਜੀ ਕਹਿੰਦੇ ਸੀਗੇ ਵੀ 50,000 ਦਾ ਲੋਨ ਕਰਾਂਗੇ ਜੀ ਅਸੀਂ। ਸਾਨੂੰ ਜੀ ਸਾਰਿਆਂ ਨੂੰ ਯਕੀਨ ਦਿਖਾ ਕੇ ਆਪਣੇ ਪਰੂਫ ਦੇ ਗਏ, ਉਹ ਓਰੀਜਨਲ ਨਹੀਂ ਸੀ, ਡੁਪਲੀਕੇਟ ਸੀਗੇ ਜੀ। ਉਹ ਕਹੀ ਗਈ ਸਾਨੂੰ ਜੀ 3 ਸਾਲ 'ਚ ਮੋੜਨਾ, 3 ਸਾਲ ਦਾ 8,000 ਰੁਪਇਆ ਵਿਆਜ ਆ ਕਹਿੰਦੇ। ਹਾਂਜੀ, ਅਤੇ ਬਾਅਦ 'ਚ ਫਿਰ ਜੀ ਸਾਨੂੰ ਮੁੜ ਕੇ ਫੋਨ ਨਹੀਂ ਚੱਕਿਆ, ਕੁਛ ਨਹੀਂ ਕਰਿਆ। ਸਾਨੂੰ ਪਹਿਲਾਂ ਕਹਿੰਦੇ ਜੀ 36 ਜਣਿਆਂ ਦਾ ਕਰਦੇ ਸੀ, ਪਹਿਲਾਂ ਕਹਿੰਦੇ 15-15 ਜਣਿਆਂ ਦਾ ਕਰ ਦਿੰਦੇ ਆ, ਫਿਰ ਉਹ ਚਲੋ ਜੀ ਘਰੋਂ ਦੀਆਂ ਮਜਬੂਰੀਆਂ ਨੇ, ਸਾਰੇ ਕਹਿੰਦੇ ਸਾਡਾ ਸਾਰਿਆਂ ਦਾ ਇਕੱਠਿਆਂ ਦਾ ਕਰੋ ਜੀ। ਫਿਰ ਉਹ ਕਹਿੰਦੇ ਜੀ ਫੋਨ ਕਰਾਂਗੇ ਅਸੀਂ ਤੁਹਾਨੂੰ ਕੱਲ੍ਹ ਨੂੰ ਜਾਂ ਪਰਸੋਂ ਨੂੰ, ਤੁਹਾਡੇ ਵੀ ਬੈਂਕਾਂ ਦੇ ਵਿੱਚ ਆ ਜਾਣਗੇ ਪੈਸੇ। ਫਿਰ ਜੀ ਕੁਛ ਮੁੜ ਕੇ ਦੱਸਿਆ ਹੀ ਨਹੀਂ ਹੈਗਾ, ਫੋਨ ਨਹੀਂ ਚੱਕਿਆ ਜੀ ਉਹਨਾਂ ਨੇ। ਉਹ ਕਹਿੰਦੇ ਇੱਕੋ ਜਾਣਾ ਫੋਨ ਕਰਿਓ। ਰਾਤ ਜੀ ਸਾਡੇ ਪਿੰਡ ਦਾ ਕੋਈ ਇੱਥੇ ਟੈਂਪੂ ਚਲਾਉਂਦਾ ਆ ਜੀ, ਉਹਨੇ ਪਛਾਣਿਆ, ਅਤੇ ਫਿਰ ਇੱਕ ਸਾਡੇ ਮੁੰਡਾ ਹੋਰ ਆ ਜੀ, ਉਹਨਾਂ ਨੇ ਫਿਰ ਇੱਥੇ ਥਾਣੇ 'ਚ ਲਿਆਉਂਦੇ। ਇਸ ਮੌਕੇ ਪਿੰਡ ਹੱਲੋ ਤਾਲੀ ਦੇ ਸਰਪੰਚ ਗੁਰਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਉਹਨਾਂ ਦੇ ਪਿੰਡ ਤੋਂ ਇਲਾਵਾ ਹੋਰ ਕਈ ਪਿੰਡਾਂ ਤੋਂ ਬੀਮਾ ਕਰਨ ਦੇ ਨਾਮ 'ਤੇ ਪੈਸੇ ਲੈ ਕੇ ਰਫੂ ਚੱਕਰ ਹੋ ਗਏ ਸੀ, ਜਿਨ੍ਹਾਂ ਨੂੰ ਪਿੰਡ ਦੇ ਲੋਕਾਂ ਨੇ ਫੜ ਕੇ ਪੁਲਿਸ ਹਵਾਲੇ ਕੀਤਾ ਹੈ ਅਤੇ ਇਹਨਾਂ ਪਾਸੋਂ ਜਾਲੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਨੇ। ਇਹਨਾਂ ਨੇ ਇਸ ਤਰ੍ਹਾਂ ਜੀ, ਇਹ ਤਕਰੀਬਨ 12 ਜੁਲਾਈ ਨੂੰ ਸਾਡੇ ਪਿੰਡ ਆਏ ਅਤੇ ਵੀ ਅਸੀਂ ਲੋਨ ਵਗੈਰਾ ਬੀਮੇ ਪਰ ਕਰਦੇ ਹਾਂ। ਇਹਨਾਂ ਨੇ ਆਪਣਾ ਆਧਾਰ ਕਾਰਡ ਵੀ ਜਾਲੀ ਬਣਾਏ ਹੋਏ ਤੇ, ਅਤੇ ਆਪਣੇ ਜਿਹੜੇ ਵੋਟਰ ਕਾਰਡ ਨੇ ਉਹ ਵੀ ਇਹਨਾਂ ਦੇ ਜਾਲੀ ਤੇ। ਉਹ ਇਹਨਾਂ ਨੂੰ ਦਿਖਾ ਕੇ ਜਨਾਨੀਆਂ ਨੂੰ ਕਹਿੰਦੇ ਵੀ ਅਸੀਂ 75-300 ਤੋਂ ਬੀਮੇ ਦੇ ਪੈਸੇ ਲਵਾਂਗੇ, ਅਤੇ ਸਾਡੇ ਵਿੱਚੇ ਫਾਇਲ ਖਰਚਾ ਵਿੱਚੇ ਲਾ ਕੇ 800 ਰੁਪਏ ਇਹਨਾਂ ਨੇ ਉਹ ਬਣਾਇਆ ਵੀ ਉਹ ਲੈ ਕੇ ਅਸੀਂ 50-50 ਹਜ਼ਾਰ ਰੁਪਏ ਤੁਹਾਡੇ ਖਾਤੇ 'ਚ ਲਾਉਣ ਦਾ ਪਾਵਾਂਗੇ। ਫਿਰ ਇਹਨਾਂ ਨੇ ਇਹਨਾਂ ਤੋਂ ਇੱਕ ਦਿਨ ਜਾ ਕੇ ਉੱਥੇ 12 ਜੁਲਾਈ ਨੂੰ ਆਪਣੇ ਆਧਾਰ ਕਾਰਡ ਔਰ ਆਪਣੇ ਪਰੂਫ ਦਿਖਾ ਕੇ ਇਹ ਇਹਨਾਂ ਤੋਂ 75-75 ਰੁਪਏ ਲਏ। ਫਿਰ ਇਹ ਤੀਜੇ ਦਿਨ ਆਏ 14 ਜੁਲਾਈ ਨੂੰ। 14 ਜੁਲਾਈ ਨੂੰ ਆ ਕੇ ਇਹਨਾਂ ਨੇ ਇਹਨਾਂ ਤੋਂ 800 ਰੁਪਇਆ ਲਿਆ। 800 ਰੁਪਇਆ ਲੈ ਕੇ ਇਹਨਾਂ ਨੂੰ ਕਹਿੰਦੇ ਵੀ ਸੋਮਵਾਰ ਨੂੰ ਤੁਹਾਡੇ ਖਾਤੇ ਦੇ ਵਿੱਚ 50-50 ਹਜ਼ਾਰ ਰੁਪਇਆ ਆ ਜਾਊਗਾ। ਫਿਰ ਜਿਹੜਾ ਇਹ ਨੰਬਰ ਦੇ ਗਏ ਅਤੇ 2 ਦਿਨ ਤਾਂ ਉਹ ਲੱਗਿਆ, ਮੁੜ ਕੇ ਉਹ ਨੰਬਰ ਬੰਦ ਆ। ਅਤੇ ਇਸੇ ਤਰ੍ਹਾਂ ਸਾਡੇ ਸੁਧਿਆਲ ਤੋਂ ਨੇ ਇਹਨਾਂ ਨਾਲ ਵੀ ਇਹੀ ਠੱਗੀ ਮਾਰੀ। ਇਹਨਾਂ ਨੇ ਇਹਨਾਂ ਨੂੰ ਕਈ ਪ੍ਰਕਾਰ ਦੇ ਆਧਾਰ ਕਾਰਡ ਫੜੇ ਗਏ ਨੇ, ਕਈ ਪ੍ਰਕਾਰ ਦੇ ਵੋਟਰ ਕਾਰਡ ਫੜੇ ਗਏ ਨੇ।
ਤੇ ਕੱਲ ਹੁਣ ਸਾਡੇ ਪਿੰਡ ਦੀਆਂ ਦੋ ਲੇਡੀਜ਼ ਤੀਆਂ ਜਿਹਨਾਂ ਨਾਲ ਵੀ ਆਏ ਤੇ, ਇੱਕ ਤਾਂ ਕਰਮਜੀਤ ਕੌਰ, ਇੱਕ ਹਰਮਿੰਦਰ ਕੌਰ, ਇਹ ਭਾਸੋਂ ਕੋਈ ਖਰੀਦੋ ਫਰੋਖਤ ਕਰਨ ਵਾਸਤੇ ਆਈਆਂ ਹੋਣਗੀਆਂ, ਤੇ ਇਹਨਾਂ ਨੇ ਉੱਥੇ ਇਹ ਕਿਤੇ ਖੜ੍ਹੇ ਸਿਗਰਟ ਪੀ ਰਹੇ ਤੇ ਕੁਲਚਾਂ ਵਾਲੀ ਰੇਹੜੀ ਲਵੇ ਟਰੱਕ ਯੂਨੀਅਨ ਕੋਲੇ, ਉੱਥੇ ਸਾਡੇ ਪਿੰਡ ਦੇ ਮੁੰਡੇ ਦੀ ਭੁਪਿੰਦਰ ਸਿੰਘ ਦੀ ਦੁਕਾਨ ਹੈ ਮੋਬਾਈਲਾਂ ਦੀ, ਇਹਨਾਂ ਨੇ ਇਹਨੂੰ ਮੈਸੇਜ ਕਰਿਆ ਵੀ ਲਾਇਆ ਵੀ ਤੂੰ ਆ, ਅਤੇ ਨਾਲ ਇੱਕ ਰਾਮ ਸਿੰਘ ਸਾਡੇ ਪਿੰਡ ਤੋਂ ਮੁੰਡਾ ਟੈਂਪੂ ਲੈ ਕੇ ਖੜ੍ਹਦਾ ਉਹ ਆਇਆ, ਅਤੇ ਇਹਨਾਂ ਨੇ ਆ ਕੇ ਉਹਨਾਂ ਨੂੰ ਦਬੋਚ ਲਿਆ ਜੀ, ਅਤੇ ਫਿਰ ਇਹਨਾਂ ਨੇ ਉਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਇੱਕ ਉਹ ਪਿਸਟਲ ਨਾਮਾ ਚੀਜ਼ ਤੀ ਇਹਨਾਂ ਲਵੇ, ਉਹ ਕੋਈ ਪਿਸਟਲ ਨਹੀਂ ਹੈ, ਵੈਸੇ ਉਹ ਪਿਸਟਲ ਦੇ ਰੂਪ ਵਿੱਚ ਇੱਕ ਲੈਟਰ ਸੀ, ਉਹ ਅਸੀਂ ਕੱਲ੍ਹ ਇੱਥੇ ਚੈੱਕ ਕਰਿਆ, ਅਤੇ ਉਹ ਦਿਖਾ ਕੇ ਇਹਨਾਂ ਡਰਾਉਣ ਦੀ ਕੋਸ਼ਿਸ਼ ਕਰੀ, ਫਿਰ ਲੋਕਾਂ ਨੇ ਇਕੱਠੇ ਹੋ ਕੇ ਉਹ ਡਰਦੇ ਮਾਰੇ ਰੱਖਿਆ ਜੀ। ਹਾਂ, ਬਾਅਦ 'ਚ ਜਦ ਇਹ ਉੱਥੇ ਹੋਰ ਵੀ ਇਹ ਉੱਥੇ ਸਮਾਨ ਰੱਖ ਕੇ ਆਏ ਨੇ ਆਪਦਾ, ਉਹਦੇ ਵਿੱਚ ਜਿਹੜੇ ਇਹਨਾਂ ਦੀ ਕੋਈ ਮੋਹਰਤੀ ਅਤੇ ਇੱਕ ਆਈ ਡੀ ਪਰੂਫ ਵਗੈਰਾ ਅਤੇ ਬੈਗ ਸੀ ਉਹ ਉੱਥੇ ਲੁਕੋ ਕੇ ਆਏ ਨੇ ਸਾਰਾ, ਉਹਦੇ ਵਿੱਚ ਇਹਨਾਂ ਦੇ ਕੁਝ ਜਾਲੀ ਦਸਤਾਵੇਜ਼ ਸੀ, ਉਹ ਬਾਅਦ 'ਚ ਇੱਥੋਂ ਪੁਲਿਸ ਮੁਲਾਜ਼ਮਾਂ ਨੂੰ ਫਿਰ ਰਿਪੋਰਟ ਕੀਤੀ ਗਈ, ਇਹਨਾਂ ਨੂੰ ਮੈਸੇਜ ਲਾਇਆ ਜਦੇ ਪਹੁੰਚੇ ਇਹਨਾਂ ਨੇ ਜਦੇ ਗ੍ਰਿਫਤਾਰ ਕਰ ਦਿੱਤਾ। ਥਾਣਾ ਭਾਦਸੋਂ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਇਹਨਾਂ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਤਫਤੀਸ਼ ਜਾਰੀ ਹੈ। ਉਹਨਾਂ ਕਿਹਾ ਕਿ ਤਫਤੀਸ਼ ਦੌਰਾਨ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਠੱਗੀ ਮਾਰੀ ਹੈ ਅਤੇ ਦੋਸ਼ੀ ਪੜ੍ਹੇ ਲਿਖੇ ਹਨ ਅਤੇ ਔਰਤਾਂ ਨੂੰ ਬੀਮੇ ਕਰਨ ਦੇ ਨਾਮ 'ਤੇ ਠੱਗੀਆਂ ਮਾਰਦੇ ਨੇ। ਉਹਨਾਂ ਦੱਸਿਆ ਕਿ ਇਹਨਾਂ ਖਿਲਾਫ਼ ਸਮਰਾਲਾ ਵਿਖੇ ਵੀ ਮਾਮਲਾ ਦਰਜ ਹੈ। ਕੱਲ੍ਹ ਸਾਨੂੰ ਸ਼ਾਮ ਨੂੰ ਇੱਕ ਟੈਲੀਫੋਨ ਆਇਆ ਸੀ ਕਿ ਦੋ ਲੜਕਿਆਂ ਨੂੰ ਜਿਹੜਾ ਹੈ ਫੜਿਆ ਗਿਆ ਹੱਲੋਦਾਲੀ ਦੇ ਲੇਡੀਜ਼ ਵੱਲੋਂ, ਅਤੇ ਅਸੀਂ ਮੌਕੇ 'ਤੇ ਜਾ ਕੇ ਜਿਹੜੀ ਉਹਨਾਂ ਦੀ ਸਟੇਟਮੈਂਟ ਲਿਖੀ ਤਾਂ ਉਹਨਾਂ ਨੇ ਇੱਕ ਹਰਵਿੰਦਰ ਕੌਰ ਇੱਕ ਕਰਮਜੀਤ ਕੌਰ, ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੇ ਦੋ ਲੜਕੇ ਨੇ ਇੱਕ ਦਾ ਨਾਮ ਹੈਗਾ ਜੀ ਗੌਰਵ, ਇੱਕ ਦਾ ਨਾਮ ਹੈਗਾ ਰੋਹਿਤ ਸ਼ੁਕਲਾ, ਇਹ ਦੋਨੇ ਜਣੇ ਜਿਹੜੇ ਹੈ ਆਮ ਲੋਕਾਂ ਨੂੰ ਜਿਹੜੀਆਂ ਲੇਡੀਜ਼ ਨੇ ਅਨਪੜ੍ਹ ਉਹਨਾਂ ਦਾ ਲੋਨ ਕਰਵਾਉਣ ਲਈ ਆਪਣੇ ਉਹਨਾਂ ਤੋਂ ਪੈਸੇ ਲੈਂਦੇ ਸੀਗੇ, ਪਰ ਕੋਈ ਲੋਨ ਵਗੈਰਾ ਨਹੀਂ ਕਰਵਾਉਂਦੇ ਸੀਗੇ, ਫਾਰਮ ਭਰ ਕੇ ਚਲੇ ਜਾਂਦੇ ਸੀਗੇ, ਅਤੇ ਉਹਨਾਂ ਨੇ ਉਹਨਾਂ ਨੂੰ ਆਪਣੇ ਜਿਹੜੀਆਂ ਫਾਈਨਾਂਸ ਕੰਪਨੀ ਦੇ ਫਰਜ਼ੀ ਆਪਣੇ ਆਈ ਡੀ ਪਰੂਫ ਬਣਾਏ ਸੀ ਉਹ ਵੀ ਦਿਖਾਏ ਸੀਗੇ। ਜਦੋਂ ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਉਹਨਾਂ ਨੂੰ ਡਰਾਉਣ ਵਾਸਤੇ ਇੱਕ ਲਾਈਟਰ ਪਿਸਟਲ ਟਾਈਪ ਸੀਗਾ ਜਿਹੜਾ ਉਹ ਕੱਢ ਕੇ ਉਹਨਾਂ ਨੂੰ ਡਰਾਇਆ ਸੀਗਾ। ਜਿਹੜੇ ਦੋਸ਼ੀ ਸੀਗੇ ਇਹ ਵਿਸ਼ਾਲ ਸ਼ਰਮਾ ਇਹ ਐੱਮ ਏ ਪਾਸ ਹੈ, ਜਿਹੜਾ ਦੂਜਾ ਹੈਗਾ ਜੀ ਇਹ ਰੋਹਿਤ ਸ਼ੁਕਲਾ ਇਹ ਬੀ ਏ ਪਾਸ ਹੈ। ਇਹ ਜਿਹੜੇ ਦੋਨੇ ਪੜ੍ਹੇ ਲਿਖੇ ਨੇ ਇਹਨਾਂ ਨੂੰ ਰੁਜ਼ਗਾਰ ਨਾ ਮਿਲਣ ਕਰਕੇ ਇਹ ਕਹਿੰਦੇ ਅਸੀਂ ਇਹ ਕੰਮ ਕਰਨ ਲੱਗੇ ਹਾਂ। ਇਹਨਾਂ ਨੇ ਪਹਿਲਾਂ ਵੀ ਇੱਕ ਠੱਗੀ ਮਾਰੀ ਸੀ 2018 ਦੇ ਵਿੱਚ ਇੱਦਾਂ ਹੀ, ਉਹ ਜਿਹੜਾ ਹੈ ਸਮਰਾਲੇ ਇਹਨਾਂ ਦੇ ਉੱਤੇ ਐੱਫ ਆਈ ਆਰ ਦਰਜ ਹੈ। ਹੁਣ ਇਹਨਾਂ ਨੇ 30-35 ਸਾਨੂੰ ਇੱਕੋ ਪਿੰਡ ਦੇ ਹੱਲੋਦਾਲੀ ਦੀਆਂ ਲੇਡੀਜ਼ ਨੇ ਜਿਹੜੀਆਂ ਦੱਸ ਰਹੀਆਂ, ਅਤੇ ਉਹਨਾਂ ਨਾਲ ਠੱਗੀ ਮਾਰੀ ਆ ਜਿਹੜੀ ਇਹ ਪੰਜ ਚਾਰ ਪਿੰਡਾਂ ਦੀ। ਇਹਨਾਂ ਨੇ ਪੁੱਛਗਿੱਛ ਦੱਸਿਆ ਸਾਨੂੰ ਵੀ ਪੰਜ ਚਾਰ ਪਿੰਡਾਂ ਦੀਆਂ ਹੋਰ ਆ ਜਿਹੜੀ ਇਹਨਾਂ ਦੀ ਮਕਦਾਰ ਆ ਉਹ ਵੱਧ ਸਕਦੀ ਆ। ਹਾਲ ਦੀ ਘੜੀ ਸਾਡੇ ਕੋਲ ਜਿਹੜੀ ਠੱਗੀ ਆਈ ਆ ਇਹਨਾਂ ਦੀ 30,000 ਰੁਪਏ ਦੀ ਆਈ ਆ। ਇਹਨਾਂ ਦੇ ਅਸੀਂ 420, 465, 467, 468, 471 ਆਈ ਪੀ ਸੀ ਜਿਹੜੇ ਇਹਨਾਂ ਨੇ ਫਰਜ਼ੀ ਆਪਣੇ ਡਾਕੂਮੈਂਟ ਤਿਆਰ ਕੀਤੇ ਸੀ ਉਹਨਾਂ 'ਤੇ ਕੀਤੀ ਹੈ, ਅਤੇ ਠੱਗੀ ਮਾਰਨ ਦੀ ਧਾਰਾ ਅਸੀਂ ਕੀਤੀ ਹੈ। ਅਤੇ ਇਹਨਾਂ ਦੇ ਜਿਹੜੇ ਪਰੂਫ ਨੇ ਉਹ ਜਲ ਹੀ ਮਿਲ ਗਏ ਨੇ, ਇਹਨਾਂ ਦੇ ਆਸਰ ਵੀ ਮਿਲ ਗਏ ਨੇ ਸਾਨੂੰ, ਅਤੇ ਇਹਨਾਂ ਦੇ ਜਿਹੜੇ ਫਰਜ਼ੀ ਬਣਾਏ ਹੋਏ ਸੀ ਆਪਣੇ ਫਾਈਨਾਂਸ ਕੰਪਨੀ ਦੇ ਉਹ ਸਾਰੇ ਅਸੀਂ ਪਰੂਫ ਇਹਨਾਂ ਤੋਂ ਰਿਕਵਰ ਕਰਾ ਲਏ। ਇੱਕ ਪਿੰਡ ਜਿਹੜਾ ਹੈਗਾ ਜੀ ਰੋਹਿਤ ਕੁਮਾਰ ਸ਼ੁਕਲਾ ਹੈਗਾ ਇਹ ਬਲਾਲਾ ਪਿੰਡ ਦਾ ਜੀ, ਜਿਹੜਾ ਦੂਜਾ ਮੁੰਡਾ ਹੈਗਾ ਇਹ ਕੋਟ ਗੰਗੂ ਰਾਏ। ਹੁਣ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਨਸ਼ਿਆਂ ਅਤੇ ਠੱਗੀਆਂ ਠੋਰੀਆਂ ਨੇ ਖਰਾਬ ਕਰ ਦਿੱਤਾ ਅਤੇ ਇਹਨਾਂ ਦਾ ਰੁਝਾਨ ਗਲਤ ਕੰਮਾਂ ਵੱਲ ਜ਼ਿਆਦਾ ਹੋ ਰਿਹਾ ਹੈ। ਜ਼ਿਆਦਾਤਰ ਨੌਜਵਾਨ ਐਸ਼ ਪ੍ਰਸਤੀ ਕਰਨ ਲਈ ਠੱਗੀਆਂ ਕਰਨ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਨੇ, ਪਰ ਇਹਨਾਂ ਨੌਜਵਾਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਦਿਨ ਇਹ ਠੱਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾ ਸਕਦੀ ਹੈ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।